डब्बे रख दे नींजू के घरे। हाँ उधर मैं सारे मुंडे नूं कहा है भी जे भाई पैग पुग लाउणा होया तां उधर नींजू के घरे जा वड़ियो, उह तां उत्थे खड़े आ मुंडे तां। आहो भी उहनां दे रख दिओ ते तुसीं 10 रख दिओ अपने इधर मेजर क्या करनी, ते 5 क डब्बे रख दिओ बिल्लू के, ठीक है। बाकी लिया के अपने आलू बैठ के भर दी, वह आपां जिहड़े खास बंदे आउणगे उहनां नूं पिआउंदे रहांगे, ठीक है। मैं जाना पोलिंग ते मैं हुणी तां आया, ठीक है ठीक है। चल ठीक है संभालो काम है, ठीक है। ਲੈ ਉਹ ਪੋਲਿੰਗ ਤੇ ਡਿੱਕੀ ਜਾਂਦੇ, ਫੋਨ ਨੂੰ ਕਰ ਬੰਦ। ਚੱਲ ਉਹ ਸੁਣ ਲੈ ਫੇਰ ਕਿਹਦਾ ਆ ਗਿਆ। ਹੈਲੋ ਬਾਈ ਵਿਕਰਾ ਕਿੱਥੇ ਆ? ਮੈਂ ਘਰੇ ਆ ਗਿਆ ਸੀਗਾ, ਕੋਈ ਉਹ ਡੱਬੇ ਡੁੱਬੇ ਧਰਾਉਣੇ ਸੀ ਦਾਰੂ ਵਾਲੇ, ਤੇ ਤੂੰ ਦੱਸ ਕੀ ਗੱਲਬਾਤ ਆ? ਕੀ ਗੱਲਬਾਤ ਕੀ ਯਾਰ, ਪਹਿਲਾਂ ਤਾਂ 100 ਉੱਡਣ ਦੇ ਮੂਹਰੇ ਸੀ, ਫਿਰ 150 ਤੇ ਆ ਗਈ, ਫਿਰ 20 ਤੇ, 10 ਤੇ, ਹੁਣ 5 ਤੇ ਆਈ ਖੜੀ ਆ। ਹੁਣ ਜਿਵੇਂ ਤੂੰ ਸਿਰ ਮੰਨ ਕੇ ਚੱਲ ਵੀ 5 ਵੋਟਾਂ ਨਹੀਂ ਮੂਹਰੇ ਆ, ਡੱਬੇ ਡੁੱਬੇ ਰਹਿਣ ਦੇ ਬਸ। ਹੁਣ ਤੂੰ 5 ਵੋਟਾਂ ਤੇ ਮੂਹਰੇ ਹੈ? ਹਾਂ ਸਿਰਫ 5 ਵੋਟਾਂ ਦੇ ਮੂਹਰੇ ਆ ਤੂੰ ਬਸ ਸਰਪੰਚ ਨਾਲੋਂ, ਤੇ ਮੈਨੂੰ ਲੱਗਦਾ 5 ਤੋਂ ਵੀ ਸੂਈ ਥੱਲੇ ਆਈ ਲੈ। ਫਿਰ ਤਾਂ ਕੰਮ ਗਲਤ ਹੁੰਦਾ ਜਾ ਰਿਹਾ, ਇਹਦਾ ਮਤਲਬ 50 ਵੋਟਾਂ ਤੋਂ ਸਿੱਧੇ 45 ਵੋਟਾਂ ਉੱਡ ਗਈਆਂ, ਫਿਰ ਤਾਂ ਬਹੁਤ ਜ਼ਿਆਦੇ। ਆ ਕੇ ਦੇਖ ਮਾੜਾ ਜਿਹਾ, ਸਰਪੰਚ ਤਾਂ ਇੱਥੇ ਉੱਪਰਿਆ ਫਿਰਦਾ ਪੂਰਾ। ਫਿਰ ਮੈਂ ਕਰਦਾ ਇੰਤਜ਼ਾਮ, ਚੱਲ ਕੋਈ ਨਹੀਂ ਘਰ ਯਾਰ ਵਿਕਰਾ, ਤੂੰ ਕੋਈ ਹੱਲ ਨਹੀਂ ਤਾਂ ਬਸ ਗਈ ਸਰਪੰਚ ਦੇ ਨਾਲ ਪਾ। ਅੱਛਾ ਇੱਕੇ ਲੱਗਦਾ 50-45 ਵੋਟਾਂ ਘੱਟ ਗਈਆਂ, ਫਿਰ ਤਾਂ ਬਹੁਤ ਜ਼ਿਆਦਾ ਘੱਟ ਗਈਆਂ। ਕਰਦਾ ਮੈਂ ਕੋਈ ਨੀ ਕੋਈ ਨੀ, ਵਿਕਰਾ ਇੱਥੇ ਪੋਲਿੰਗ ਤੇ ਆ ਬਈ। ਆ ਗਿਆ ਮੈਂ ਪੋਲਿੰਗ ਤੇ ਆ ਗਿਆ, ਇਹਦਾ ਫੋਰੀ ਚ ਚੱਲ ਤੂੰ ਕੱਟ ਕੇ ਨਾ ਫੋਨ, ਠੀਕ ਹੈ। ਹੱਦ ਹੋ ਗਈ, 50 ਵੋਟਾਂ ਤੋਂ ਸਿੱਧੀਆਂ 45 ਵੋਟਾਂ ਘੱਟ ਗਈਆਂ, ਹੁਣ ਮੈਂ 5 ਵੋਟਾਂ ਤੇ ਮੂਹਰੇ ਜਾ ਰਿਹਾ, ਫਿਰ ਤਾਂ ਤੂੰ ਮਾਰਿਆ ਗਿਆ ਵਿਕਰਾ ਹੈ। ਇਹ ਤਾਂ ਕੰਮ ਹੀ ਗਲਤ ਹੋ ਗਿਆ। ਐਂ ਕਰ ਇੱਥੇ MLA ਨੂੰ ਲਾ ਫੋਨ, MLA ਨਾਲ ਕਰ ਗੱਲ। ਹੈਲੋ ਜੀ MLA ਸਾਹਿਬ, ਸਤਿ ਸ਼੍ਰੀ ਅਕਾਲ ਜੀ। ਅੱਛਾ ਹੁਣ ਗੱਲ ਐ ਜੀ, ਸੁੱਖ ਨਾਲ ਬਹੁਤ ਵਧੀਆ ਹੌਸਲੇ ਬੁਲੰਦ ਹੋਏ ਪੈਸੇ ਆਪਣੇ, ਸਵੇਰੇ ਪਹਿਲਾਂ ਤਾਂ 50 ਵੋਟਾਂ ਤੇ ਮੂਹਰੇ ਸੀ, ਫਿਰ 100 ਵੋਟਾਂ ਤੇ ਹੋ ਗਏ ਜੀ, ਤੇ ਹੁਣ ਥੋੜ੍ਹਾ ਜਿਹਾ ਘੱਟ ਗਈਆਂ ਵੋਟਾਂ, ਤੁਸੀਂ ਮਾੜਾ ਮੋਟਾ ਇੰਤਜ਼ਾਮ ਕਰੋ ਮੇਰਾ। ਹੁਣ ਇਕੱਠੀਆਂ 45 ਘੱਟ ਗਈਆਂ ਜੀ, ਤੇ ਹੋਰ ਹੁਣ ਜਾ ਤਾਂ ਰਿਹਾ ਮੂਹਰੇ ਪਰ 5 ਵੋਟਾਂ ਤੇ ਜਾ ਰਿਹਾ। ਹਾਂ MLA ਸਾਹਿਬ ਦੇਖ, ਤੁਹਾਡੇ ਹੱਥ 'ਚ ਸਭ ਕੁਛ ਹੈ, ਜਿਵੇਂ ਮਰਜ਼ੀ ਕਰੋ, ਮੈਂ ਤਾਂ ਆਪਦੀ ਕੋਸ਼ਿਸ਼ ਕਰੀ ਜਾਂਦਾ ਜਿੰਨੀ ਕੁ ਮੇਰੀ ਬਣਦੀ ਆ। ਦੇਖ ਮੇਰੇ ਹੱਥ ਵੱਸ ਨਹੀਂ ਹੈਗੀ ਗੱਲ MLA ਸਾਹਿਬ, ਇਹ ਤੁਸੀਂ ਬਾਹਰ ਦੀ ਬਾਹਰ ਕਿਵੇਂ ਮਰਜ਼ੀ ਕਰੋ, ਹੇਰਾ ਕਰੋ, ਫੇਰੀ ਕਰੋ, ਜੋ ਮਰਜ਼ੀ ਕਰੋ, ਨਹੀਂ ਤਾਂ ਫਿਰ ਪੱਟਾ ਜਾਊਂ ਮੈਂ। ਹਾਂ ਠੀਕ ਹੈ ਜੀ, ਠੀਕ ਹੈ ਠੀਕ ਹੈ, ਕਰੋ ਕਰੋ ਜਿਵੇਂ ਮਰਜ਼ੀ ਕਰੋ ਇੰਤਜ਼ਾਮ, ਠੀਕ ਹੈ, ਚੰਗਾ ਜੀ। ਹੈਲੋ ਹਾਂ ਕਿਵੇਂ ਨੀਟੂ, ਕਿਵੇਂ ਬਣਿਆ, ਹੋ ਗਿਆ ਫਾਈਨਲ? ਉਹ ਸੁੱਖ ਦੇ ਗਿਆ ਸੁਨੇਹਾ, ਤਾਂ ਵਾਹਲਾ ਜਿੱਤਣ ਵਾਲਾ ਬੁਲਾ। ਉਹ ਗੱਲ ਤਾਂ ਆ ਜਿਹੜੇ ਹਿਸਾਬ ਨਾਲ ਕੰਮ ਕਰੇ ਸੀ ਉਹ ਗੱਲ ਨੀ ਬਣੀ ਨਾ, ਚੱਲ ਕੋਈ ਗੱਲ ਨੀ, ਠੀਕ ਆ ਠੀਕ ਆ, ਆ ਜਾਓ ਕੋਈ ਗੱਲ ਨੀ। ਪ੍ਰੀਤ ਪ੍ਰੀਤ, ਹਾਂਜੀ ਅੰਕਲ, ਲੈ ਹਾਰ ਗਏ ਨਾ, ਫੋਨ ਆ ਗਿਆ, ਪਤਾ ਹੈ ਫੋਨ ਦਾ ਤਾਂ, ਮੈਨੂੰ ਰਿੰਗ ਸੁਣ ਗਈ ਸੀ। ਕੋਈ ਬੜਾ ਫਰਕ ਨਹੀਂ ਰਿਹਾ, ਇੱਕ ਵੋਟ ਦੀ ਫਰਕ ਰਿਹਾ, ਇੱਕ ਵੋਟ ਨਾਲ ਹਾਰ ਗਏ। ਓਏ ਹਰੇ ਨਹੀਂ, ਇੱਕ ਵੋਟ ਨਾਲ ਤੂੰ ਜਿੱਤ ਗਈ, ਆਪਾਂ ਜਿੱਤ ਗਏ। ਹਾਂ ਬੇਬੇ ਲੈ, ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ, ਮੇਰ ਕੀ ਹੋ ਗਿਆ ਨਾ, ਇੱਕ ਵੋਟ ਤੇ ਜਿੱਤੇ ਆ ਆਪਾਂ, ਜਿੱਤ ਗਏ, ਆ ਜਾ ਬੈ ਜਾ। ਹਾਂ ਓਏ ਮੇਰੇ ਤਾਂ ਵਧਾਈਆਂ ਮੇਰੇ ਪੁੱਤਰੋ, ਅੰਕਲ ਕੁਛ ਨਹੀਂ ਹੁੰਦਾ, ਇੱਕ ਵੋਟ ਨਾਲ ਹੀ ਸਹੀ, ਸਰਪੰਚ ਤਾਂ ਬਣ ਗਏ ਨਾ। ਸਰਪੰਚ ਤਾਂ ਮੈਨੂੰ ਮਨੀ ਸੀ, ਮੈਨੂੰ ਤਾਂ ਘੱਟੋ ਘੱਟ ਆਏ ਸੀ ਵੀ 1500 ਵੋਟ ਤੇ ਜਿੱਤਾਂਗੇ, ਇੱਕ ਵੋਟ ਨਾਲ ਮਨ ਦਾ ਖੁਸ਼ ਨਹੀਂ ਹੋਇਆ। ਹੁਣ ਅਗਲੇ ਨੇ ਪੈਸੇ ਵੀ ਖਵਾਏ ਹੋਏ ਸੀਗੇ, ਕੋਈ ਨਾ ਜਿੱਤ ਤਾਂ ਗਏ, ਆਪਾਂ ਨੂੰ ਜਿੱਤਣ ਤੱਕ ਮਤਲਬ ਸੀ, ਆਪਣੀ ਹੋ ਗਈ ਨਾ। ਚਲੋ ਤਾਂ ਗੱਲ ਤੇਰੀ ਠੀਕ ਹੈ, ਚਲ ਤੁਸੀਂ ਐ ਕਰੋ ਚਾਹ ਪਾਣੀ ਧਰੋ, ਤੈਨੂੰ ਹੁਣ ਬੰਦੇ ਆਉਂਦੇ ਹੋਣਗੇ। ਚਲੋ ਠੀਕ ਹੈ, ਆਹੋ ਪਹਿਲਾਂ ਆ ਕੇ ਰੱਖ ਲਓ ਆ, ਚਲ ਕੋਈ ਗੱਲ ਨਹੀਂ, ਇੱਕ ਹੀ ਸਹੀ, ਚਲ ਇਹਦਾ ਮੰਗ ਹੋ ਗਿਆ, ਨਹੀਂ ਸਾਰੀ ਉਮਰ ਆਈ ਗਈ ਰਹਿੰਦੀ, ਮੈਂ ਹਾਰ ਗਈ ਹਾਰ ਗਈ, ਚਲ ਜਿੱਤ ਤਾਂ ਜਿੱਤ ਹੀ ਹੁੰਦੀ ਹੈ ਨਾ, ਭਾਵੇਂ ਇੱਕ ਵੋਟ ਆ ਭਾਵੇਂ ਦੋ ਵੋਟ ਆ। ਚਲ ਚਾਹ ਪਾਣੀ ਦਾ ਹੀਲਾ ਕਰਕੇ ਹੁਣ ਨਾਲੇ ਉੱਥੇ ਜਾ ਕੇ ਕਰਾ ਸੈਨ ਕਰਿਆ ਆਊਂਗਾ।
ਨੀਵਾ ਸਾਧਕੀ ਹਾਏ ਹਾਏ ਨੀਵੇ ਤਾਂ ਦਿਲ ਦੇ ਵਿੱਚ ਢੋਲ ਵੱਜਣ ਲੱਗ ਗਏ ਢੋਲ ਮੱਕੇ ਤਾਂ ਵੱਜਦੇ ਆਉਂਦੇ ਆ ਮੈਂ ਤਾਂ ਹਾਰ ਹੂਰ ਕਰਾਂ ਤਿਆਰ ਸਰਪੰਚ ਦੇ ਪਾਉਂਗੀ ਹਾਏ ਹਾਏ ਇੰਨੀ ਖੁਸ਼ੀ ਦੀ ਗੱਲ ਆ ਮੇਰਾ ਤਾਂ ਨਾ ਧਰਤੀ ਤੇ ਪੈਰ ਨਹੀਂ ਲੱਗਦਾ ਇੰਨੀ ਖੁਸ਼ੀ ਇੰਨੀ ਖੁਸ਼ੀ ਸ਼ੁਕਰ ਹੈ ਪਰਮਾਤਮਾ ਸਾਡੀ ਜਿੱਤ ਰਹਿ ਗਈ ਲੱਜਾ ਰੱਖਦੀ ਤੇ ਤਾਂ ਅਸੀਂ ਤਾਂ ਸਰਪੰਚ ਹੀ ਜਿੱਤ ਗਏ ਤੇ ਜੇ ਅਸੀਂ ਸਰਪੰਚ ਹੀ ਹਾਰ ਜਾਂਦੇ ਤੇ ਮੈਂ ਲੋਕਾਂ ਵਿੱਚ ਕੀ ਮੈਨੂੰ ਦੇਖੋ ਮੂੰਹ ਦਿਖਾਉਣ ਜੋਗਰਾ ਰਹਿਣਾ ਸੀ ਕੀ ਮੈਂ ਤਾਂ ਮੈਨੂੰ ਮਖੌਲ ਕਰ ਕਰ ਕੀ ਮਾਰ ਦੇਣਾ ਸੀਗਾ ਮਲਾਈ ਸੋਹਣੇ ਲੱਗਣਗੇ ਸਰਪੰਚ ਦੇ ਹਾਰ ਦੇਖੀ ਸਹੀ ਪਰ ਆਹ ਡਜੇ ਦਾ ਆ ਗਿਆ ਚਲ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਮੈਂ ਤਾਂ ਹੌਸਲੇ 'ਚ ਭੁੱਲ ਗਈ ਵੀ ਅੱਡ ਦੇ ਕੇ ਇਹ ਇਕੱਠੇ ਨੇ ਇੱਕੋ ਜੇ ਉਹ ਤੂੰ ਮੇਰੇ ਹਾਰ ਨਾ ਪਾ ਇਹ ਤੂੰ ਇਹਨੂੰ ਪਰੇ ਕਰ ਦੇ ਹੁਣ ਦੱਸ ਕਿਉਂ ਕੀ ਗੱਲ ਆ ਇਹ ਤਾਂ ਮੈਂ ਬੜੀ ਸ਼ੌਕ ਨਾਲ ਹਾਰ ਲੈ ਕੇ ਆਈ ਸੀ ਕੀ ਗੱਲ ਹੋਏ ਆਪਾਂ ਹਾਰ ਗਏ ਇੱਕ ਵੋਟ ਤੇ ਹਾਰ ਗਏ ਹੈ ਹਾਂ ਹਾਰ ਗਏ ਹੋਰ ਹੁਣ ਪੱਟੀ ਮੇਸ ਹੋ ਗਈ ਆਪਣੀ ਸਿੱਟੇ ਇਹਨਾਂ ਨੂੰ ਪਰੇ ਇਹਨਾਂ ਨੂੰ ਮਾਰ ਚੜਾ ਕੇ ਮੈਂ ਤਾਂ ਬੜੀ ਉਮੀਦ ਨਾਲ ਲੈ ਕੇ ਸੀ ਵੀ ਅਸੀਂ ਸਰਪੰਚ ਜਿੱਤਾਂਗੇ ਮੈਂ ਸਰਪੰਚ ਦੇ ਹਾਰ ਪਾਉਂਗੀ ਪਰ ਇਹ ਕੀ ਗੱਲਬਾਤ ਬਣ ਗਈ ਉਮੀਦ ਤਾਂ ਸੀ ਵੀ ਜਿੱਤਾਂਗੇ ਆਪਾਂ ਪਰ ਇਹ ਪੱਠਾ ਕਿਹਦਾ ਵਹਿ ਗਿਆ ਕਿਹਦਾ ਪੱਠਾ ਬੈਠਾ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇੱਕ ਵੋਟ ਲਾਸਟ ਤੇ ਪਈ ਆ ਮਗਰੋਂ ਜਾ ਕੇ ਉਹ ਪਤਾ ਨਹੀਂ ਕਿਵੇਂ ਮੈਨੂੰ ਮਰਵਾ ਗਈ ਨਹੀਂ ਸਾਰੀਆਂ ਵੋਟਾਂ ਤੇ ਆਪਾਂ ਅੱਗੇ ਪਿੱਛੇ ਵਧੀਆ ਤੁਰੇ ਫਿਰਦੇ ਸੀ ਇੱਕ ਵੋਟ ਨੇ ਮਰਵਾਤੇ ਨਾ ਆਪਣਾ ਕਹਿਮਾ ਨੰਬਰ ਸੀ ਪਹਿਲਾਂ ਦੱਸੋ ਆਪਣਾ ਆਪਣਾ ਤੀਜਾ ਨੰਬਰ ਸੀ ਕਿਉਂ ਤੈਨੂੰ ਨੰਬਰ ਦਾ ਵੀ ਨਹੀਂ ਪਤਾ ਮੈਂ ਮੇਰੀ ਗੱਲ ਸੁਣ ਲੈ ਹੁਣ ਦਾਜੀ ਰਾ ਚਾਹੇ ਗੁੱਸੇ ਰਹਿ ਮੈਂ ਤਾਂ ਦੂਜਾ ਨੰਬਰ ਆਏ ਬਟਨ ਦਾ ਪਤਾ ਸੀਗਾ ਹਾਏ ਓਏ ਰੱਬਾ ਮੇਰਿਆ ਉਹ ਤਈ ਕਰ ਪੱਟਦਾ ਮੇਰਾ ਓਏ ਹੋਏ ਕਿੱਥੋਂ ਤੂੰ ਜੰਮ ਪੀ ਭੈਣ ਦੇ ਖਸਮਾਂ ਨੇ ਮੇਰੇ ਮਾਰ ਕਿਉਂ ਪਾਤੀ ਤੂੰ ਤੈਂ ਮੇਰਾ ਘਰ ਪੱਟਤਾ ਤੈਂ ਤਾਂ ਮੇਰੀ ਪੱਟੀ ਮੇਸ ਕਰਤੀ ਆਏ ਹੋਏ ਰੱਬਾ ਮੈਂ ਤਾਂ ਚਰਨਾਂ ਨੂੰ ਹੀ ਪਾਏ ਭੁੱਲ ਕੇ ਬੋਲ ਮੈਨੂੰ ਨਹੀਂ ਸੀ ਪਤਾ ਹੈਗਾ ਚੱਲ ਕੋਈ ਗੱਲ ਨਹੀਂ ਹੁਣ ਜਿਹੜਾ ਹੋਣਾ ਸੀ ਹੋ ਗਿਆ ਤੈਨੂੰ ਵੀ ਮੈਂ ਬਹੁਤ ਆਖਿਆ ਵੀ ਰਹਿਣ ਦੇ ਤੂੰ ਕੀ ਸਰਪੰਚੀ ਤੋਂ ਲੈਣਾ ਇਹ ਲੋਕ ਨੇ ਤੇਰੇ ਨਾਲ ਕਿਹੜੇ ਜੋਗੋਂ ਨਾਲ ਬੈਰ ਕੱਢ ਲੈਣਗੇ ਤੈਨੂੰ ਮੈਂ ਦੱਸਾਂ ਲੋਕਾਂ ਨੇ ਨਹੀਂ ਕੱਢਿਆ ਆ ਜਿਹੜੀ ਤੂੰ ਲਾਸਟ ਵੋਟ ਪਾ ਕੇ ਆਈ ਤੀਜੇ ਨੰਬਰ ਤੇ ਪਾਉਣ ਦੀ ਬਜਾਏ ਦੂਜੇ ਨੂੰ ਪਾਤੀ ਇਹਨੇ ਮਰਵਾਇਆ ਤਾਂ ਇਹ ਮਰਵਾਇਆ ਇੱਕ ਵੋਟ ਨੇ ਮਰਵਾਇਆ ਮੈਨੂੰ ਉਮੀਦ ਨਹੀਂ ਸੀ ਤੇਰੇ ਤੋਂ ਮਨਜੀਤ ਕੋਰੇ ਵੀ ਤੂੰ ਮੇਰੇ ਜੋੜਾ 'ਚ ਬੈਠੇਗੀ ਮੈਂ ਹੁਣ ਭਲਾ ਮੇਰੀ ਇੱਕ ਵੋਟ ਨਾਲ ਕੀ ਹੁੰਦਾ ਹੁਣ ਤੂੰ ਤਾਂ ਮੇਰੇ ਸਿਰ ਆ ਚੜਿਆ ਆ ਲੋਕਾਂ ਨੇ ਵੀ ਤਾਂ ਵੋਟਾਂ ਹੋਣੀਆਂ ਚਾਹੀਦੀਆਂ ਸੀ ਤੇਰੇ ਕੰਨੀ ਐਂ ਦੱਸ ਕੋਈ ਗੱਲ ਨਹੀਂ ਜੇ ਮੈਂ ਤਾਂ ਭੁੱਲ ਕੇ ਬਟਨ ਦੱਬੇਗਾ ਫਿਰ ਕਿੱਡੀ ਕੁ ਵੱਡੀ ਗੱਲ ਹੋ ਗਈ ਆ ਦੇਖ ਲੈ ਢੋਲ ਢਮੱਕੇ ਵੱਜਦੇ ਨੇ ਮੈਂ ਮਰੇਗਾ ਤੈਨੂੰ ਕਿੱਡੀ ਕੁ ਵੱਡੀ ਕੁ ਲੱਗਦੀ ਨਹੀਂ ਉਹ ਤਾਂ ਮੇਰੀ ਖੇਤ ਪ੍ਰਾਤੀ ਸਾਰੀ ਕਰੀ ਕਰਾਈ ਉਹ ਇੰਨਾ ਖਰਚਾ ਕਰਿਆ ਉਹ ਮੈਂ ਕਿੱਥੋਂ ਕੱਢੂਗਾ ਬੈਰ ਨੇ ਬਸ ਕਰ ਜਾ ਮੈਂ ਤਾਂ ਹਾਲ ਪੈਂਦੇ ਨੇ ਆ ਚਰਨ ਦੇ ਢੋਲ ਢਮੱਕੇ ਵੱਜੀ ਜਾਂਦੇ ਨੇ ਮੈਂ ਤਾਂ ਸੁਣੇ ਨਹੀਂ ਜਾਂਦੇ ਨਹੀਂ ਜੇ ਤੂੰ ਵੋਟ ਮੈਨੂੰ ਤੂੰ ਪਾਉਂਦੀ ਨਾ ਇਹ ਢੋਲ ਆਪਣੇ ਘਰੇ ਵੱਜਣੇ ਸੀ ਦੁਸ਼ਮਣੇ ਤੂੰ ਮੇਰੀ ਅੱਖਾਂ ਤੋਂ ਦੂਰ ਹੋ ਜਾ ਤਾਂ ਇਹ ਮੈਨੂੰ ਪੱਟੇ ਨਹੀਂ ਮੈਂ ਜਿੱਤ ਗਿਆ ਸੀ ਜਾਂ ਵਗ ਜਾ ਮੇਰੀ ਅੱਖਾਂ ਤੋਂ ਉਹਨੇ ਹੋ ਜਾ ਤੂੰ ਮੈਂ ਮਾਰਤਾ ਤਾਂ ਮਾਰਤਾ ਮੈਨੂੰ ਹੁਣ ਮੈਂ ਕਿਹੜੇ ਪਾਸੇ ਇਹ ਖਰਚੇ ਕੱਢੂ ਹਾਂ ਹੁਣ ਤਾਂ ਮੇਰੇ ਸਿਰ ਹੀ ਲਾਉਣਾ ਸੀ ਨਾ ਤੈਨੂੰ ਨਾ ਨਾ ਖੜਾ ਹੁੰਦਾ ਸਰਪੰਚ ਤੋਂ ਕਿ ਡੋਕ ਲੈਣੇ ਸੀ ਕਿਤੇ ਨਾ ਮੈਨੂੰ ਕੀ ਪਤਾ ਮੈਂ ਕੁੱਤਿਆਂ ਵਾਂਗੂ ਭੌਂਕਦਾ ਫਿਰਦਾ ਤੈਨੂੰ ਇੰਨਾ ਵੀ ਨਹੀਂ ਪਤਾ ਲੱਗਾ ਮੈਂ ਲੋਕਾਂ ਨੂੰ ਤਾਂ ਦੱਸਦਾ ਫਿਰਾਂ ਅੱਛਾ ਤੈਨੂੰ ਪਤਾ ਨਹੀਂ ਲੋਕਾਂ ਨੂੰ ਵੀ ਤੂੰ ਦੱਸਦੀ ਫਿਰੀ ਵੀ ਵੋਟਾਂ ਦਾ ਆ ਆ ਸਾਡਾ ਚੋਣ ਨਿਸ਼ਾਨ ਆ ਸਾਡਾ ਚੋਣ ਨਿਸ਼ਾਨ ਹੈ ਚਲ ਕੋਈ ਗੱਲ ਨਹੀਂ ਨੇਰ ਚ ਮੈਨੂੰ ਨਹੀਂ ਦਿਸਿਆ ਹੈਗਾ ਇਹ ਕੀ ਗੱਲ ਆ ਮੈਂ ਬਾਰੇ ਖੁਸ਼ੀ ਸੀ ਖੁਸ਼ੀ ਖੁਸ਼ੀ ਦੇ ਵਿੱਚ ਮੈਂ ਤਾਂ ਉਹੀ ਬੋਂਦਰ ਕੀ ਜਖਣ ਦਿੰਦਾ ਤੇ ਅਸੀਂ ਸਰਪੰਚ ਬਣ ਕੇ ਸਰਪੰਚ ਨਾ ਮੇਰੀ ਇੱਕ ਵੋਟ ਨਾਲ ਹੀ ਹਾਰ ਗਿਆ ਤੂੰ ਆ ਜਿਹੜੇ ਲੋਕਾਂ ਨੂੰ ਉਹਨਾਂ ਨਾਲ ਖਵਾਈ ਜਾਂਦਾ ਉਹਦੇ ਨਾਲ ਉਹਨਾਂ ਨੇ ਹਰਾਇਆ ਤੈਨੂੰ ਉਹਨਾਂ ਨੇ ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਜਾਣ ਦੇ ਕੀ ਲੈਣਾ ਸਰਪੰਚੀ ਤੋਂ ਲੋਕ ਤੈਨੂੰ ਮਰਵਾ ਦੇਣਗੇ ਨਾ ਹੁਣ ਕਰ ਲੈ ਗੱਲਾਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੂੰ ਕਹਿਣਾ ਸੀ ਮੈਂ ਪ੍ਰਧਾਨਗੀ ਦਾ ਭੁੱਖਾ ਪ੍ਰਧਾਨਗੀ ਦਾ ਭੁੱਖਾ ਔਰ ਤੂੰ ਚੁੱਪ ਵੀ ਕਰ ਜਾ ਉਹ ਨਾ ਮੈਥੋਂ ਤੂੰ ਗੁੱਸੇ 'ਚ ਖੁੰਡੇ ਖਾ ਲਈ ਤਾਂ ਮੇਰੀ ਪੱਟੀ ਮੇਸ ਕਰਾ ਕੇ ਰੱਖਦੀ ਦੇਖ ਲੈ ਨਾ ਹੁਣ ਤਾਂ ਪੱਗ ਜਿਹੀ ਢਿੱਲੀ ਕਰਦਾ ਮੈਨੂੰ ਤਾਂ ਲੱਗਦਾ ਟੇਰੀਆਂ ਹੁਣ ਟੂਟੀਆਂ ਜਿਹਾ ਸਭ ਢਹਿ ਜਾਣਗੀਆਂ ਤੇ ਦੂਜੀ ਗੱਲ ਹੁਣ ਤਾਂ ਤੂੰ ਪਰਨਾ ਬੰਨਿਆ ਕਰੇਗਾ ਪੱਗ ਛੱਡ ਕੇ ਹਵਾ ਦੇ ਵਿੱਚ ਆ ਗਿਆ ਸੀਗਾ ਜਾਦੇ ਹਾਂ ਜਾ ਤੂੰ ਵਗ ਜਾ ਮੇਰੀ ਅੱਖਾਂ ਤੋਂ ਪਰੇ ਹੋ ਜਾ ਹੁਣ ਤਾਂ ਮੈਂ ਬੁਰੀ ਲੱਗਦੀ ਹਾਂ ਨਾ ਤੈਨੂੰ ਮੇਰਾ ਦਿਮਾਗ ਹਲਣ ਵਾਲਾ ਕਰਤਾ ਸਿਰਫ ਤੇਰੀ ਇੱਕ ਵੋਟ ਨੇ ਤਾਂ ਹੀ ਤਾਂ ਕਹਿੰਦੇ ਨੇ ਦੁਨੀਆ ਵੀ ਘਰ ਦਾ ਭੇਤੀ ਮਰਵਾਉਂਦਾ ਹੈ ਘਰ ਦਾ ਹੀ ਭੇਤੀ ਲੰਕਾ ਢਾਉਂਦਾ ਹੈ ਇਦੋਂ ਤਾਂ ਤੂੰ ਨਾ ਹੀ ਪਾਉਂਦੀ ਅਸੀਂ ਬਰਾਬਰ ਬਰਾਬਰ ਤਾਂ ਖੜ ਜਾਂਦੇ ਮਰਵਾ ਤੇ ਮੇਰੀ ਤੀਵੀਂ ਨੇ ਵਧਾਈਆਂ ਸਰਪੰਚ ਸਾਹਿਬ ਵਧਾਈਆਂ ਜੀ ਉਹ ਆਪਣੇ ਨੂੰ ਦੱਸਦਾ ਵੀ ਮਠਾਈ ਦੇ ਕਰਦੇ ਉਹ ਤੁਸੀਂ ਫੋਨ ਕਰਤਾ ਸੀ ਉਹ ਪੈਕ ਕਰਕੇ ਖੜਤੇ ਜਾ ਜਾ ਚੱਕ ਕੇ ਦਾਦਾ ਪਰਲੀ ਦਾ ਵੀ ਜਦੋਂ ਬਣਾ ਲੈ ਆ ਜਾ ਜੀ ਆ ਜਾ ਨਹੀਂ ਫੜ ਵੀ ਮੁੰਡੇ ਬਹਿ ਜਾ ਰੀਤੋ ਰੀਤ ਪੁੱਤ ਆ ਗਏ ਅੰਕਲ
ਆਇਆ ਬੇਬੇ ਚਲ ਹਾਂਜੀ ਅੰਕਲ ਆ ਲਿਆਂਦੇ ਡੱਬੇ ਜਿਹਦੇ ਫੜਾਉਣਾ ਨਾ ਜ਼ਰੂਰੀ ਆ ਉਹਦੇ ਫੜਾ ਦਿਓ ਜੇ ਘਾਟੇ ਵਧੇ ਮੈਨੂੰ ਦੱਸ ਦੇ ਆਪਾਂ ਹੋਰ ਮੰਗਾ ਲਾਂਗੇ ਠੀਕ ਹੈ ਠੀਕ ਹੈ ਮੈਂ ਕਹਿੰਦੀ ਸੀ ਅੰਕਲ ਵਿਕਰ ਕੇ ਵਿਕੜ ਡੱਬਾ ਦੇ ਨਾ ਇਹ ਆਪਾਂ ਹੱਕ ਤਾਂ ਬਣਦਾ ਗਵਾਂਢੀ ਨੇ ਉਹ ਗਵਾਂਢੀ ਤਾਂ ਹੈਗੇ ਆ ਮੈਂ ਤੁਹਾਨੂੰ ਐ ਕਹਿਣਾ ਜਦੋਂ ਬੰਦਾ ਹਾਰ ਜੇ ਨਾ ਅੱਧਾ ਰਹਿ ਜਾਂਦਾ ਜੇ ਘਰੇ ਹੋਏ ਨਾ ਛੋਟੇ ਮਗਰ ਪੈ ਜਾਊਗਾ ਕੋਈ ਨਾ ਕੋਈ ਨਾ ਜੰਗ ਤਾਂ ਨਾ ਲਾ ਕੇ ਆਵਾਂਗੇ ਡੱਬਾ ਤਾਂ ਅਸੀਂ ਲੈ ਕੇ ਜਾਵਾਂਗੇ ਮੈਂ ਤਾਂ ਕਹਿੰਦੀ ਕਿਵੇਂ ਮਗਰ ਪੈ ਜੂ ਗੱਲ ਆਹੋ ਐ ਕਰੀ ਜੇ ਜਾਣਾ ਤਾਂ ਬਗ ਜਾ ਕੋਈ ਗੱਲ ਨਹੀਂ ਤੇ ਨਾਲ ਨਾ ਉਹ ਅਸਲਾ ਲੈ ਜੀ ਪਤਾ ਨਹੀਂ ਹੁੰਦਾ ਇਹਦਾ ਕੋਈ ਨਾ ਕੋਈ ਸਹੀ ਗੱਲ ਅਸਲੇ ਅਸਲੇ ਦੀ ਤਾਂ ਲੋੜ ਹੀ ਨਹੀਂ ਅੰਕਲ ਤੁਸੀਂ ਟੈਨਸ਼ਨ ਨਾ ਲਓ ਮੈਂ ਕਹਿਣਾ ਕਹਿੰਦਾ ਨਾ ਆਜੇ ਕੋਲੇ ਰੱਖਿਆ ਕਰ ਉਸੇ ਲੋੜ ਤੋਂ ਕੋਲੇ ਦੇ ਪੈ ਜੇ ਉਹ ਬੰਦਾ ਹਾਰ ਗਿਆ ਕਦੋਂ ਵੀ ਕੁਝ ਕਰ ਸਕਦਾ ਇਹ ਤਾਂ ਦੱਸਤੀ ਗੱਲ ਨਾ ਰੋਟੀ ਖਾਣੀ ਭੁੱਲ ਜੇ ਪਰ ਆਸਰਾ ਨਾ ਭੁੱਲੀ ਵੀ ਅਸਲਾ ਹਰ ਵਕਤ ਤੇਰੇ ਕੋਲੇ ਚਾਹੀਦਾ ਜੇ ਤੂੰ ਉਹਨੂੰ ਮਾਰ ਵੀ ਦੇਵੀ ਤਾਂ ਵੀ ਕੋਈ ਟੈਂਸ਼ਨ ਨਹੀਂ ਕਹਿ ਸਕਦੀ ਆ ਵੀ ਇਹ ਐਂ ਕਰਦਾ ਸੀਗਾ ਜੇ ਮੈਥੋਂ ਮੈਨੂੰ ਗੋਲੀ ਚਲਾਉਣੀ ਪਏਗੀ ਉਹ ਤੋਂ ਬਾਅਦ ਮੈਂ ਜਾਣਾ ਮੇਰਾ ਕੰਮ ਜਾਣੇ 24 ਘੰਟੇ ਕੋਲੇ ਰੱਖਣਾ ਹੈ ਇਹ ਵੀ ਗੱਲ ਠੀਕ ਹੈ ਐਂ ਕਰਦੇ ਆ ਬੇਬੇ ਸ਼ੁਰੂਆਤ ਪਹਿਲਾਂ ਹੀ ਆਪਾਂ ਉਹਨਾਂ ਤੋਂ ਕਰਦੇ ਆ ਹਾਂ ਆਹ ਡੱਬਾ ਚੱਲ ਆਪਾਂ ਵਿਕਰ ਕੇ ਚੱਲੀਏ ਹੂੰ ਆ ਜਾ ਸਾਈ ਵੀ ਜਾਵਾਂਗੇ ਇਹਲੇ ਹਾਂ ਹਾਂ ਬਾਕੀ ਫੇਰ ਦੇ ਆਵਾਂਗੇ ਇਹ ਵੀ ਨਾ ਜਮਾ ਨਹੀਂ ਦਾਦੀ ਪੰਗੇ ਲੈਂਦੇ ਜਾਣ ਜਾਣ ਕੇ ਚੱਲ ਕੋਈ ਗੱਲ ਨਹੀਂ ਹੱਕ ਤਾਂ ਹੈਗਾ ਜਾਣ ਦਾ ਫਿਰ ਕਹਿੰਦੇ ਹੁੰਦੇ ਦਾਲ ਤੇ ਇੱਕ ਤੇ ਨਾ ਮੂੰਗੀ ਤਰੀ ਜਾਂਦੀ ਹੁੰਦੀ ਹੈ ਕੋਈ ਗੱਲ ਨਹੀਂ ਕਿਹਾ ਤਾਂ ਉਹਨੂੰ ਮੈਂ ਆਇਆ ਸੀਗਾ ਵੀ ਜੇ ਤੂੰ ਜਿੱਤ ਗਿਆ ਮੈਂ ਤੇਰੇ ਹਾਰ ਪਾ ਕੇ ਜਾਊਂ ਪਰ ਹੁਣ ਜੇ ਤੂੰ ਜਿੱਤੇ ਨਹੀਂ ਮੇਰੇ ਵੀ ਕੀ ਸਾਰੇ ਆ ਕੋਈ ਗੱਲ ਨਹੀਂ ਆਊ ਤਾਂ ਲਾਜ਼ਮੀ ਕਿਹੜਾ ਉਹ ਭੈਂਕਰਾ ਭੈਂਕਰਿਆ ਕੋਈ ਗੱਲ ਨਹੀਂ ਆ ਜਾਂਦੇ ਜੇ ਆਉਂਦਾ ਤਾਂ ਆ ਜਾ ਬੇਬੇ ਆ ਜਾ ਬੇਬੇ ਲੇਖਾ ਪੈ ਗਿਆ ਹੈ ਚਲ ਕੋਈ ਨਾ ਤੁਸੀਂ ਜਿੱਤੇ ਕਿ ਅਸੀਂ ਜਿੱਤੇ ਗੱਲ ਤਾਂ ਇੱਕੋ ਹੀ ਆ ਸਰਪੰਚ ਦਾ ਪਿੰਡ ਦੇ ਹੀ ਬਣੇ ਆ ਅਸੀਂ ਕਿਹੜਾ ਬਾਹਰਲੇ ਪਿੰਡ ਦੇ ਸਰਪੰਚ ਬਣੇ ਆ ਆ ਲੋ ਫੜੋ ਮੂੰਹ ਮਿੱਠਾ ਕਰੋ ਹਰੀਤ ਭਾਈ ਡੱਬਾ ਤਾਂ ਤੂੰ ਫੜਾਉਣ ਆ ਗਈ ਮੈਨੂੰ ਬਸ਼ਰਮੀ ਦੇਣ ਆਈ ਆ ਤਾਂ ਤੂੰ ਬਸ਼ਰਮੀ ਨਹੀਂ ਮੈਂ ਤਾਂ ਵਧਾਈਆਂ ਦੇਣ ਆਈ ਆ ਹਾਂ ਵਧਾਈਆਂ ਵੀ ਕਾਦੀਆਂ ਜਦੋਂ ਅਸੀਂ ਹਾਰ ਹੀ ਗਏ ਪਰ ਇਹ ਸਾਡਾ ਧੋਖਾ ਹੋਇਆ ਧੋਖਾ ਓਹੋ ਇਹ ਚ ਧੋਖੇ ਵਾਲੀ ਕੀ ਗੱਲ ਆ ਇੱਕ ਵੋਟ ਦਾ ਕੀ ਫਰਕ ਹੁੰਦਾ ਇੱਕ ਵੋਟ ਦੇ ਫਰਕ ਨਾਲ ਹੀ ਹਾਰੇ ਹੋ ਉਹ ਤੁਸੀਂ ਤਾਂ ਬਰਾਬਰ ਹੀ ਸੀ ਆ ਫੜੋ ਇੱਕੋ ਹੀ ਗੱਲ ਆ ਜੀ ਫੜੋ ਫੜੋ ਡੱਬਾ ਫੜੋ ਤੁਸੀਂ ਮੇਰੀ ਗੱਲ ਸੁਣ ਲੈ ਇੱਕ ਵੋਟ ਜਿਹੜੀ ਜਿੱਤੀ ਆ ਨਾ ਤੁਸੀਂ ਪਰ ਉਹ ਤਾਂ ਮੈਂ ਆਪਦੇ ਪੈਰ ਕਹਾੜਾ ਆਪ ਮਾਰਿਆ ਉਹ ਤਾਂ ਮੈਂ ਆਪਦੀ ਵੋਟ ਹੀ ਸਾਨੂੰ ਦੇ ਪਾ ਬੈਠੀ ਚਲੋ ਜੀ ਫਿਰ ਉਹ ਅਸੀਂ ਤਾਂ ਸਾਡੀ ਤਾਂ ਨਹੀਂ ਇਹ ਚ ਕੋਈ ਗਲਤੀ ਜੇ ਤੁਹਾਡੇ ਤੋਂ ਗਲਤੀ ਨਾਲ ਵੋਟ ਮੈਨੂੰ ਪੈ ਗਈ ਹੁਣ ਉਹ ਚ ਸਾਡੀ ਕੀ ਗਲਤੀ ਆ ਇਹ ਤਾਂ ਕਿਸੇ ਨਾਲ ਵੀ ਹੋ ਸਕਦਾ ਬੇਬੇ ਤੂੰ ਵੀ ਪਾ ਸਕਦੀ ਸੀ ਹੁਣ ਚਰਮਾਂ ਦੀ ਗੱਲ ਆ ਨਾਲੇ ਇਹ ਤਾਂ ਸਹੀ ਗੱਲ ਆ ਬੇਬੇ ਗੱਲ ਤਾਂ ਇੱਥੇ ਆ ਕੇ ਮੁੱਕਦੀ ਆ ਕਰਮਾਂ ਦੀ ਗੱਲ ਨਾ ਬਹੁਤੀਆਂ ਗੱਲਾਂ ਨਾ ਕਰੋ ਸਾਡੇ ਹੱਥ ਬਣਾ ਲਓ ਤੁਸੀਂ ਜਾਓ ਜੇ ਨਾ ਵਿਕਰ ਆ ਗਿਆ ਇੱਥੇ ਪਤਾ ਨਹੀਂ ਕੀ ਕੁਛ ਹੋਊਗਾ ਕੋਈ ਗੱਲ ਨਹੀਂ ਤੁਸੀਂ ਡੱਬਾ ਫੜਾਤਾ ਤੇ ਅਸੀਂ ਫੜ ਲਿਆ ਤੇ ਕਿਸੇ ਹੋਰ ਘਰ ਦੜੰਗਾ ਸਾਰੋ ਜਾ ਕੇ ਨਹੀਂ ਨਹੀਂ ਅਸੀਂ ਤਾਂ ਮਠਿਆਈ ਬਾਲੀ ਅਮਨ ਬੱਤੀ ਮੰਗਵਾ ਲਈ ਪਰ ਰੋਣੂਗੀ ਸਾਡੇ ਮਠਿਆਈ ਤਾਂ ਫੜੋ ਐ ਆ ਨਾ ਵਿਕਰ ਹੁੰਦਾ ਹੋਣਾ ਹੰਝੂਆਂ ਨਾਲ ਤਾਂ ਮੂੰਹ ਵੀ ਕੋੜਾ ਹੋ ਗਿਆ ਹੋਊਗਾ ਆ ਮੂੰਹ ਮਿੱਠਾ ਜ਼ਰੂਰ ਕਰਾ ਦਿਓ ਹੋਰ ਜੀ ਚੱਲ ਆ ਜਾ ਬੇਬੇ ਚਲੋ ਆਈਆਂ ਡੱਬੇ ਵੰਡਣ ਚੌੜੀਆਂ ਹੋਈਆਂ ਫਿਰਦੀਆਂ ਨੇ ਕਿ ਅਸੀਂ ਸਰਪੰਚੀ ਲੈ ਲਈ ਸਰਪੰਚੀ ਲੈ ਲਈ ਕੋਈ ਗੱਲ ਨਹੀਂ ਇਸ ਗੱਲ ਦਾ ਵੀ ਕੋਈ ਗੱਲ ਨਹੀਂ ਇਹ ਤਾਂ ਜਿੱਤ ਹਾਰ ਹੁੰਦੀ ਰਹਿੰਦੀ ਆ ਕਦੇ ਤਾਂ ਅਸੀਂ ਜਿੱਤਾਂਗੇ ਨਾ ਪਰ ਮੈਂ ਆਪਦੇ ਬੰਦੇ ਨੂੰ ਬਹੁਤ ਆਖਿਆ ਤੂੰ ਨਾ ਲੋਕਾਂ ਦੇ ਹੱਥ ਤੇ ਚੜ ਨਾ ਲੋਕਾਂ ਤੇ ਹੱਥ ਚੜ ਪਰ ਉਹ ਲੋਕਾਂ ਨੇ ਸਾਨੂੰ ਮਰਵਾਤਾ ਤੀਵੀਆਂ ਹਜੇ ਮਿੱਠੇ ਮਖੌਲ ਕਰਦੀਆਂ ਨੇ ਆ ਕੇ ਡੱਬਾ ਲੈ ਲਾ ਡੱਬਾ ਲੈ ਲੈ ਅੱਗ ਲੱਗੇ ਸਾਡਾ ਡੱਬਾ ਇਹੋ ਜਿਹੇ ਡੱਬੇ ਅਸੀਂ ਕਾਹਨੂੰ ਦੇਖੇ ਨੇ ਕਦੇ ਤੁਸੀਂ ਜ਼ਖਮਾਂ ਤੇ ਨੂਣ ਭੁੱਕਣ ਆਈ ਹੋ ਜ਼ਖਮਾਂ ਤੇ ਜੇ ਅੱਜ ਇਸ ਥਾਂ ਤੇ ਮੈਂ ਹੁੰਦੀ ਮੈਂ ਵੀ ਤਾਂ ਤੁਹਾਡੇ ਜਿੰਨਾ ਖੁਸ਼ ਹੋਣੇ ਸੀ ਨਾ ਪਰ ਫੁੱਟ ਗਈ ਮੇਰੀ ਮੱਥੇ ਦੀ ਜਿਹੜੀ ਕਿ ਮੈਂ ਵੋਟ ਸੋਨੂੰ ਆਪਦੀ ਪਾਤੀ ਮਨਜੀਤ ਕੁਰੇ ਤੂੰ ਕਿਵੇਂ ਟੈਨਸ਼ਨ ਪਾਈ ਬੈਠੀ ਹੈ ਕੋਈ ਗੱਲ ਨਹੀਂ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਹੈ ਤੂੰ ਇੰਨਾ ਬੋਝ ਨਾ ਪਾ ਦਿਮਾਗ ਤੇ ਐਤੀ ਨਹੀਂ ਜਿੱਤੇ ਅਗਲੀ ਵਾਰ ਜਿੱਤ ਜਾਗੇ ਆਪਾਂ ਮੇਰਾ ਤਾਂ ਜੀ ਕਰਦਾ ਮੈਂ ਇਸ ਪਿੰਡ ਛੱਡ ਕੇ ਚਲੀ ਜਾਵਾਂ ਮੈਨੂੰ ਤਾਂ ਨਾ ਜਨਾਨੀਆਂ ਦੇ ਮੱਥੇ ਲੱਗਣਾ ਹੀ ਬਹੁਤ ਔਖਾ ਹੋਇਆ ਪੈਗਾ ਓਹੋ ਇੰਨਾ ਨਾ ਸੋਚ ਦੇਖ ਮੱਕੜੀ ਨਾ ਕਿੰਨੇ ਵਾਰੀ ਡਿੱਗਦੀ ਹੈ ਤੇ ਫੇਰ ਡਿੱਗਦੀ ਹੈ ਫੇਰ ਉਹ ਦੋ ਤਿੰਨ ਵਾਰੀ ਡਿੱਗ ਕੇ ਚੜ ਜਾਂਦੀ ਹੈ ਕੋਈ ਟੈਨਸ਼ਨ ਨਾ ਲੈ ਤੂੰ ਇਸ ਗੱਲ ਦੀ ਆਪਾਂ ਹਾਰ ਗਏ ਫੇਰ ਕਿੱਡੀ ਗੱਲ ਹੈ ਨਾਲੇ ਇੱਕ ਵੋਟ ਨਾਲ ਹੀ ਹਾਰਿਆ ਉਹ ਵੀ ਚੱਲ ਹੁਣ ਮੈਂ ਕੀ ਕਹਾਂ ਬਸ ਹੁਣ ਮੈਨੂੰ ਅੱਗੇ ਨਾ ਕੁਛ ਕਰ ਬਸ ਬਸ ਹੁਣ ਨਹੀਂ ਕਹਿੰਦਾ ਮੈਂ ਜਿਹੜੀ ਗਲਤੀ ਮੈਥੋਂ ਹੋ ਗਈ ਮੈਂ ਬਾਲਾ ਬਿਲੇ ਨੂੰ ਪਛਤਾ ਰਹੀ ਆ ਵੀ ਮੈਂ ਕੀ ਕਰ ਬੈਠੀ ਆਪਦੇ ਪੈਰ ਕਹਾੜਾ ਮੈਂ ਆਪੇ ਮਾਰ ਲਿਆ ਬਸ
गल इत्थे खत्म कर, हुण तू इह गल कर वी टेंशन दिमाग तों ला दे, कोई बहुत बड़ी वड्डी खास गल नहीं, आपां फिर सही जित जांगे। पर इक गल होर, दुश्मना डब्बे वंड के गईआं ने, नाले मैनूं वी डब्बा फड़ा गईआं सी उह। चरने के डब्बे वंडदे फिरदे ने? हाँ, मठियाई दे। हाँ हाँ, ते आपां नूं वी फड़ा गए। फड़ा तां गए सी। फिर तू उदों तां कहिंदी वी मैं नहीं फड़दी, उहनां नूं कहिंदी तू मुड़ जा किधरों आए हो। मेरी गल सुण लै, मैं डब्बा फड़िया नहीं, जबरदस्ती मंजे ते धर के बागी आ ते नाले मिठे मखौल कर दियां सी, तैनू वधाइयां ऐ कहदियां। हाँ देखा, ते डब्बा जिहड़ा मैं तां रसोई च वी लै के गई, मैं तां कुत्तिआं दे मूहरे सिट्टता, असीं दुश्मनां दी मिठाई खाईए। चंगी रही, जे मैं उह मिठाई नूं देख वी लैंदा ना तां मैनूं पता नहीं किन्ना क क्रोध चढ़ जाणा सी। वाकई दुश्मन दे हत्थ दा फड़ के कदे वी नहीं खाणा चाहीदा, क्यों? दुश्मन तां चाहुंदा है वी इह मरन, पर इहनां दा खैड़ा छुट्टे, साडा खैड़ा छुट्टे, इह मर जाणा। ते तूं ऐ दस, मिठाई दा डब्बा तूं सिट्टा कुत्ते नूं? हाँ, मैं तां सिट्टता सी, उहदी नाल दी नाल ही सिट्टता सी। ते किन्ना चिर हो गया उहनां नूं आया नूं इत्थे? सारे 10 मिंट होए ने गईआं नूं उहनां। अच्छा, हाँ 10 मिंट होए ने। हाँ हाँ, फिर हुण की विकरा सोचदा है? इहनां नूं मैं कराउणा सरपंच ही। हाय इह की, इह की रोटी खांदे रह जांगे ना, एडा वड्डा कदम चुक। तैनू टिचरां करके गए ने, तैनू लगदा नहीं मेरे चेहडा करके गए ने? मठियाई दा डब्बा भी देता, वधाइयां भी देतियां, हुण मैं दसदा ਵੀ ਤੁਸੀਂ ਸਾਡੇ ਜ਼ਖਮਾਂ ਤੇ ਨੂਰ ਕਿਵੇਂ ਪਾਉਣ ਆਏ ਹੋ। ਨਹੀਂ ਨਹੀਂ, ਮੈਂ ਮੇਰੀ ਇੱਕ ਗੱਲ ਮੰਨ ਲਾ, ਤੈਨੂੰ ਉੱਥੇ ਰੱਖ ਦੇ, ਤੈਨੂੰ ਰੱਬ ਦੀ ਸੌਂਹ ਲੱਗੇ, ਨਹੀਂ ਪਸਤੌਲ ਚੱਕਣਾ, ਇਹਨੂੰ ਸਾਂਭ ਦੇ। ਮਨਜੀਤ, ਅੱਜ ਤੇਰੀ ਸੌਂਹ ਕੋਈ ਕੰਮ ਨਹੀਂ ਕਰਦੀ। ਨਹੀਂ ਬਸ, ਮੇਰੇ ਦਿਲ ਤੇ ਸੱਪ ਮਿਲਦਾ ਹੈ, ਹੁਣ ਨਹੀਂ ਮੈਂ ਰੁਕ ਸਕਦਾ। ਮਨਜੀਤ ਕੁਰੇ, ਤੂੰ ਬਸ ਟਾਈਮ ਨਾ ਲਵਾ ਹੁਣ। ਨਹੀਂ ਨਹੀਂ, ਜਾਣਾ ਨਹੀਂ, ਬੈਠਾ ਨਾ, ਪਰੇ ਹੋ ਜਾ। ਕਿੱਥੋਂ ਪੰਗਾ ਪਾਣੀ ਆ ਚੰਦਰਾ, ਮੇਰੀ ਪਹਿਲੇ ਦਿਨ ਉਹ ਨਹੀਂ ਮੰਨੀ, ਜੇ ਕਿਤੇ ਮੰਨੀ ਹੁੰਦੀ, ਪਰ ਅੱਜ ਆ ਤੈਨੂੰ ਸੀ ਦੇਖਣ ਪੈਂਦੇ ਲੋਕਾਂ ਨੂੰ ਮਖੌਲ, ਤੇ ਸਾਨੂੰ ਤਾਂ ਲੈ ਮਾਰਨਗੇ, ਸਾਨੂੰ ਇਸ ਪਿੰਡ ਛੱਡ ਕੇ ਜਾਣਾ ਚੰਗਾ। ਮੈਂ ਹੁਣ ਇਸ ਪਿੰਡ ਦੇ ਵਿੱਚ ਨਹੀਂ ਰਹਿ ਸਕਦੀ, ਨਹੀਂ ਰਹਿ ਸਕਦੀ ਦੁਸ਼ਮਣਾਂ ਦੇ ਸਾਹਮਣੇ। ਇਹ ਸਰਪੰਚੀ ਨੇ ਸਾਡਾ ਘਰ ਬਰਬਾਦ ਕਰਤਾ, ਘਰ ਬਰਬਾਦ। ਜੇ ਕੰਜਰ ਚੰਨੀ ਦੇ ਮਗਰ ਲੱਗਿਆ ਤਾਂ ਸਾਨੂੰ ਆ ਦਿਨ ਦੇਖਣੇ ਪੈ ਗਏ, ਉਸ ਚੰਨੀ ਦਾ ਕੁਛ ਨਹੀਂ ਗਿਆ, ਤੇ ਜਿਹੜਾ ਸਾਡਾ ਨੁਕਸਾਨ ਹੋਇਆ, ਇੰਨਾ ਖਰਚਾ ਕਰਤਾ ਦੁਸ਼ਮਣਾਂ ਨੇ, ਤਲਾਸੇ ਦੇ ਕੇ ਸਾਨੂੰ ਝੂਠੇ ਲਾਰਿਆਂ ਚ ਰੱਖਤਾ, ਫਿਰ ਕੀ ਹੋ ਗਿਆ? ਜੇ ਉਹ ਇੱਕ ਵੋਟ ਨਾਲ ਜਿੱਤ ਗਿਆ ਤੇ ਮੈਂ ਇੱਕ ਵੋਟ ਨਾਲ ਹਾਰ ਗਿਆ, ਹੁਣ ਵਿਕਰਾ ਪਿੱਛੇ ਨਾ ਮੁੜੀ। ਕੋਈ ਗੱਲ ਨਹੀਂ, ਜਿੱਤ ਤਾਂ ਤੁਸੀਂ ਗਏ, ਸਰਪੰਚੀ ਕਰ ਲਓਗੇ? ਉਹ ਮੌਕਾ ਦੱਸੋ ਹੁਣ, ਤੈਨੂੰ ਦੇਖਦੇ ਹਾਂ। ਹਾਂ ਅੱਜ ਜਾਂ ਮੈਂ ਨਹੀਂ ਜਾਂ ਉਹ ਨਹੀਂ, ਰਹੀ ਗੱਲ ਚੰਨੀ ਪ੍ਰਧਾਨ ਦੀ, ਚੰਨੀ ਪ੍ਰਧਾਨ ਵੀ ਕਹਿੰਦਾ ਸੀ ਨਾ ਵੀ ਰੀਤ ਨੂੰ ਮਾਰ ਕੇ ਮੇਰਾ ਬਦਲਾ ਲੈ ਲਈ, ਅੱਜ ਦੋਨੇ ਕੰਮ ਬਣ ਸਕਦੇ ਵਿਕਰਾ, ਬਸ ਪਿੱਛੇ ਮੁੜ ਕੇ ਨਾ ਦੇਖ। ਮੈਂ ਕਰਾਉਣਾ ਤੁਹਾਨੂੰ ਸਰਪੰਚੀ। ਬੇਬੇ ਠੰਡ ਜੀ ਹੋ ਵੀ ਗਈ ਹੈ ਨਾ, ਬਾਲਾ ਪੈ ਗਿਆ। ਰੀਤ ਤੁਸੀਂ ਦੋਨੇ, ਮੈਂ ਤਾਂ ਤੁਹਾਨੂੰ ਦੇਖਦੇ ਸੀ, ਕਿੱਥੇ ਜਾਉਂਗੀਆਂ ਹੁਣ ਭੱਜ ਕੇ? ਸਰਪੰਚ ਵੀ ਕੁਛ ਬਾਲਾ ਟਾਈਮ ਲਾਤਾ, ਹੋਰ ਇਹਨਾਂ ਡੱਬਿਆਂ ਬੰਨਣ ਤੇ ਟਾਈਮ ਤਾਂ ਲੱਗ ਗਿਆ ਹੈ ਬੇਬੇ। ਹਾਂ ਤਾਂ ਬਾਰ ਮੋਰ ਦੀ ਨੰਗਣਾ ਬਾਲਾ ਔਖਾ ਜਿਹਾ ਲੱਗਦਾ, ਨਾਲੇ ਦੀਵਾਲੀ ਆਉਣ ਵਾਲੀ ਆ। ਹਾਂ ਮੜਾ ਜਿਹਾ ਆਪਾਂ ਝਾੜ ਚੜਾਈਏ ਜਾਂ ਨਾ ਕਰੇ? ਮੈਂ ਆਪ ਤੈਨੂੰ ਕਹੀ ਜੀ ਵੀ ਸਫਾਈ ਕਰਦੀ ਆ ਆਪਾਂ, ਹੈ ਨਾ, ਉਹ ਦੀਵਾਲੀ ਹੈ, ਝਾੜੂ ਲਾ ਜਾਂਦੇ ਹੈਂ। ਆ ਜਾ ਚਲ ਆ ਨਿਕਰਾ, ਆ ਮੌਕਾ ਸੰਭਾਲ, ਹੁਣ ਦੋਨੇ ਮਾਵਾਂ ਤੀਆਂ ਘਰੇ ਨੇ, ਦੇਖੀ ਜਾਓ
इन्हों का घर इंतजाम पहला हूँ इतों बाद मौका कितने वाह आ रब ने गल ही बनाती हाँ इदू मौका होर कितने दोने कलिया ने अच्छा घर की सफाई कर लग गई कर ल हो सकता है अज लास्ट की भी सफाई होगी मैं करा सफाई आपने जित के सरपंच नहीं बन गई सरपंच करके तो देखी तू वाह और रब्बा ऐ लगता जे कि राह च पंगा लेंदे तो पता नहीं किन्या कने देख लैना सी हुण कौन देखदा ते चन्नी तू मेरे नाल ही है ठीक है बेबे उरे कोई सिर दुख दे गोली पई है देखे हां हैगी आ सफाई कर दी है या पईया तीन चार दही बेबे एक गोली सिर वाला दुख ही जांदा मैं लगा रेता आ चढ़ गया रीत सिर दुख दे दी एक गोली हां निकला तू छाटे करे तू इथे की करदा हुन तेरा सिर कदे भी नहीं दुखया करना कदे भी देखी तो सही एक बारी कहना भाई तू आ गोली खा के तो देख ਵਿਕਰਮ ਹਾਰ ਜਿੱਤ ਤਾਂ ਹੁੰਦੀ ਆਉਂਦੀ ਆ ਬੰਦੇ ਦੀ ਤੂੰ ਆ ਕੀ ਕੰਮ ਕਰਨ ਲੱਗਿਆ ਨਾਲੇ ਤੈਨੂੰ ਪਤਾ ਨਾ ਤੂੰ ਤਾਂ ਪਹਿਲੀ ਜੇਲ੍ਹ ਚ ਮਾਸਾ ਬਾਹਰ ਨਿਕਲਿਆ ਓਏ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਆ ਮੰਨੀ ਗੱਲ ਜਿੱਤ ਗਏ ਨਾ ਤੁਸੀਂ ਸਰਪੰਚੀ ਚ ਪਰ ਸਰਪੰਚੀ ਨਹੀਂ ਮੈਂ ਕਰਨ ਦਿੰਦਾ ਤੈਨੂੰ ਹੁਣ ਤਿਆਰ ਹੋ ਜਾ ਅਗਲੇ ਥਾਂ ਜਾਣ ਵਾਸਤੇ ਹਾਂ ਭਾਈ ਐ ਮੇਰੇ ਕੋ ਤਾਂ ਇਹੀ ਹੈ ਦੇਖਣ ਲਈ ਦੀ ਇਹ ਤਾਂ ਮੈਨੇ ਮੰਨਦਾ ਨਹੀਂ ਰਹੀਆ ਨਾ ਭਾਈ ਆ ਨਾ ਕਰੀ ਵਿਕਰਮ ਇਹ ਕਿਉਂ ਆਇਆ ਜੇ ਪਾਗਲਪਨ ਕਰਨ ਲੱਗਿਆ ਤੇਰਾ ਦਿਮਾਗ ਸੈੱਟ ਆ ਜਿੱਤਾ ਤਾਂ ਹੁੰਦੀ ਰਹਿੰਦੀ ਆ ਕੀ ਦਿਮਾਗ ਸੈੱਟ ਜਦੋਂ ਸੈੱਟ ਸੀ ਉਦੋਂ ਸੈੱਟ ਸੀ ਹੁਣ ਤਾਂ ਦਿਮਾਗ ਹੱਲ ਗਿਆ ਤੇ ਮੈਂ ਹਾਰ ਗਿਆ ਨਾ ਨਾ ਵਿਕਰਮ ਭਾਈ ਆਏ ਨਾ ਕਰੀ ਬੁੜੀਏ ਤੂੰ ਪਾਸੇ ਹੋ ਜਾ ਮੇਰੀ ਤੇਰੇ ਨਾਲ ਕੋਈ ਲੜਾਈ ਨਹੀਂ ਮੈਂ ਪਹਿਲਾਂ ਇਹਨੂੰ ਸਾਂਭ ਕੇ ਨਾ ਫਿਰ ਚਰਨੇ ਦਾ ਵੀ ਕੰਡਾ ਕੱਢਣਾ ਪਾਸੇ ਹਰ ਜਾ ਬੁੜੀਏ ਵਿਕਰਮ ਮੈਂ ਨਹੀਂ ਪਰੇ ਹੁੰਦੀ ਮੇਰੀ ਧੀ ਨੂੰ ਐਂ ਛੱਡ ਕੇ ਪਰੇ ਹੁੰਦੀ ਹੈ ਕਿ ਮੇਰੇ ਕੋਲ ਹੈ ਕੀ बुढ़िए तेनू मैं हजे भी मौका दिना छेती कर परे हो जाके मैं चरने का कंडा कढ़ना बुढ़िए मैं तेनू एक बारी मौका फेर दिना तेनू छड़ के परे हो जा मेरा दिल नहीं कहता कि तेनू भी नाल सामभ जा मैं इहनू सामभ के ना फिर वड्डे MLA नू चरने नू भी सामभना परे हो जा तू करा चल तेरी मर्जी जे परे नहीं होना चरना तेरी भी बारी आनी सी पर तू कहा कर गया थोड़ी जी तू गल कर ता बारी दी मेरी ता बारी जदों आऊ आऊ बिकरा हुण बारी तेरी आ गई चरने तू मेरे गोली नहीं मार सकता तू डरावा ही दे सकता ते चन्नी तो तू रीत तो मरवाया हो या गल ना ला फिर देख ला गोली नहीं मार जानता तो मैं सारा कुछ ही है मैं जेडी गल चुप सी आ हो गया बराई दा अंत करता सरपंच ने होनी सी ना इन्हू बहुत समझाया सी पर ये नहीं समझ जेडी ऐसे राह जाना सीगा उसे राह ही भाग गया चलो तुसी देख दियो कि हुण मैं सानू पहला कहा सी जदों तू घरों तुरी है ना मैं तैनू की कहा सीगा भाई मैं नाल लेके जाई फिर उसे देख ली भाग गई कोई फायदा नहीं बेबे रहण दा ये इहनू मारन आया सीगा इहदा मुक ते मैं आ गया बेबे जेड़े कह रहा तहां भाग जाते ना वो बाहर उठते नहीं होंगे हम कुछ नहीं पा रहे मेरा घर मार जाता मेरा घर मार जाता लोगों
ਕੀ ਬਣਿਆ ਪਾਪੀਆ ਜੀ ਅੱਜ ਨਾ ਮਾਰਦਾ ਨਾ ਗੋਲੀ ਤੇ ਅੱਜ ਇਹ ਰੀਤ ਮਾਰ ਦਿੰਦਾ ਇਹ ਕੰਮ ਤਾਂ ਹੋਣੀ ਸੀਗਾ ਮੇਰੇ ਚ ਤਾਂ ਕਸੂਰ ਕੱਢੀ ਜਾਂਦੇ ਆ ਇਹਦੇ ਚ ਕਸੂਰ ਨਹੀਂ ਕੱਢਦੇ ਲੈਣ ਕੀ ਆ ਜਦੋਂ ਮੈਂ ਮੇਰਾ अखबार दिए चल इस कतल का रगड़ा था मैं लेके सकूंगी मगर लगते हैं भी तेन पता अजकल कोई किसी ने नहीं छड़ा जिम्मे बिकर ने किया बिकर सू आप ही दस दूगा देखो दोस्तों गल यही है भी वह पैर देख के चादर पछाड़नी चाहिए है देखो हाथ ना पल्ले बाजार खड़ी हले तो एवें एवें पिंड दे विच जलूस कढ़ा के बह गए इस तरह की सरपंची तो नहीं चंगे आप तो यही जी गल कहने जी आ तो थोड़ा ध्यान रखे करो एवें आप किसी मगर लग के आपका घर जाड़ लें इन गलों तो जरूर दूर ही रहा करो क्यों जो एम एल ए होंगे आप तो आपका काम करा जाते हैं बाद कोई किसी पुछते नहीं कितने है कितने नहीं तो जिमें यद विकर न होया कोई किसी नहीं वाह करता यह तो मजबूरियां आके खड़ जाए आप गलों के मगर लग जाने तो आपका घर पट लें इन्हें भी ऐ करें देखो तो कुड़ी का ब्याह धरया हुआ सगा किसी मगर लग गया वो तो चलो यह फिल्म से एक तरह रीत ने छड़ा लिया नहीं अज तक किसी कोई नहीं छड़ा होंगे आप तो यही कहना चाहते हैं समझदारी तो कम लिया करो बाकी जो हम दिवाली आ दिवाली का त्यौहार है तो आपका भाई खुशियां ना मनायो अभी सारे हैप्पी दिवाली तो सारे अस जी आए आखते हैं एक हम ये अपने जो सरपंच के भाग चलते इन्हों का हूँ द एंड हो गया हूँ आप कोई नवी स्टोरी चलावे भागा वाली तो उसमें भी जिम्मे इन प्यार दिता उन्हें भी इसे तरह ही प्यार दो धन्यवाद जी चैनल चरना बाली चरना सरपंच दो ही चैनल अपने इन्हों लाइक कमेंट शेयर जरूर करो धन्यवाद जी।